Hello everyone, this is Mandeep from VidoWay Study Services. Today in this video we are going to discuss how to prepare your read aloud and how to perform your read aloud in your final exam. Okay, so main thing about read aloud ki ode vich hesitate na ho kite je by chance tade to koi word wrong bolya gaya ta tusi ode vich hesitate ho jande ho, tusi ruk jande ho, tusi apne aap dass rahe ho unnanu ki ਤੁਸੀਂ ਆਪਣਾ ਕੋਨਫੀਡੈਂਸ ਲੋਅ ਕਰ ਰਹੇ ਹੋ ਹੈ ਨਾ ਤਾਂ ਉਹਦੇ ਨਾਲ ਕੀ ਹੁੰਦਾ ਤੁਹਾਡੀ ਫਲੂਐਂਸੀ ਕਿਤੇ ਨਾ ਕਿਤੇ ਘੱਟ ਜਾਂਦੀ ਆ ਫਲੂਐਂਸੀ ਘਟਣ ਨਾਲ ਤੁਹਾਡੀ ਸਪੀਕਿੰਗ ਦੇ ਵਿੱਚ ਸਕੋਰ ਘਟਣਗੇ ਹੈ ਨਾ ਜੇ ਤੁਸੀਂ ਪ੍ਰੋਨਾਂਸੀਏਸ਼ਨ ਵਧੀਆ ਦੇ ਰਹੇ ਹੋ ਪ੍ਰੋਨਾਂਸ ਵਰਡਸ ਨੂੰ ਵਧੀਆ ਕਰ ਰਹੇ ਹੋ ਤੁਹਾਡੇ ਕੰਟੈਂਟ ਦੇ ਵਿੱਚ ਵਧੀਆ ਸਕੋਰ ਆ ਉਹ ਤੁਹਾਡੀ ਰੀਡਿੰਗ ਦੇ ਵਿੱਚ ਜਾ ਰਿਹਾ ਬਟ ਜਿਹੜਾ ਤੁਹਾਡਾ ਫਲੋ ਆ ਉਹ ਤੁਹਾਡੀ ਸਪੀਕਿੰਗ ਨੂੰ ਸਕੋਰ ਦੇ ਰਿਹਾ ਤਾਂ ਫਲੋ ਨੂੰ ਵਾਰ ਵਾਰ ਕੱਟਿਆ ਨਾ ਕਰੋ ਕਈ ਵਾਰ ਸਟੂਡੈਂਟਸ ਦੀ ਬਹੁਤ ਜ਼ਿਆਦਾ ਮੈਕਸੀਮਮ ਸਟੂਡੈਂਟਸ ਦੀ ਪ੍ਰੋਬਲਮ ਹੁੰਦੀ ਆ ਕਿ ਉਹਨਾਂ ਵਰਡ ਨੂੰ ਜਦੋਂ ਉਹਨਾਂ ਨੂੰ ਲੱਗ ਰਿਹਾ ਕਿ ਅਸੀਂ ਪੌਜ਼ ਦੇਣਾ ਹੈਗਾ ਲਾਈਕ ਫੁੱਲ ਸਟੋਪ ਆ ਗਿਆ ਤਾਂ ਉਹ ਕੀ ਕਰਦੇ ਆ ਵਰਡਸ ਨੂੰ ਇੱਕੋਦਮ ਛੱਡ ਦਿੰਦੇ ਆ ਫੋਰ ਐਗਜ਼ਾਮਪਲ ਇੰਪੋਰਟਡ ਬਾਈ ਦਾ ਗੈਪ ਓਕੇ ਇੱਦਾਂ ਨਹੀਂ ਛੱਡਣਾ ਨਾਲ ਹੀ ਨੈਕਸਟ ਲਾਈਨ ਨੂੰ ਪਿੱਕ ਕਰਨਾ ਹੁੰਦਾ ਤਾਂ ਹਲਕਾ ਜਿਹਾ ਉਹਨੂੰ ਛੱਡਣਾ ਹੁੰਦਾ ਬਾਈ ਦਿਸ ਗੈਪ ਮੇਕਿੰਗ ਸ਼ੋਰ ਓਕੇ ਤਾਂ ਸੋਫਟਲੀ ਉਹਨੂੰ ਸਪੀਕ ਕਰਨਾ ਹੈ ਦ ਗ੍ਰਿਡ ਬੇਸਡ ਇਨਫਰਾਸਟ੍ਰਕਚਰ ਅਨੇਬਲਸ ਲਾਰਜ ਸਕੇਲ ਸਾਇੰਟੀਫਿਕ ਐਪਲੀਕੇਸ਼ਨ ਟੂ ਬੀ ਰਨ ਔਨ ਡਿਸਟ੍ਰੀਬਿਊਟਡ ਰਿਸੋਰਸਿਸ However, in practice, grid resources are not very easy to use for the end users who have to learn how to generate security credentials. There is an imminent need to provide transparent access to these resources so that the end users are shielded from the complicated details. Okay, ਕੁਛ ਸਟੂਡੈਂਟਸ ਹੁੰਦੇ ਆ ਉਹਨਾਂ ਤੋਂ ਕਈ ਵਾਰ ਕੀ ਹੁੰਦਾ ਆ ਵਰਡ ਰਿਪੀਟ ਹੋ ਜਾਂਦਾ ਜਾਂ ਐਕਸਟਰਾ ਵਰਡ ਐਡ ਹੋ ਜਾਂਦਾ ਤਾਂ ਉਹਨੂੰ ਕਰੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਪਲੀਜ਼ ਜੇ ਤੁਸੀਂ ਉਹਨੂੰ ਕਰੈਕਟ ਕਰੋਗੇ ਅਗੇਨ ਤੁਹਾਡੀ ਫਲੂਐਂਸੀ ਡਾਊਨ ਚੱਲ ਜੂਗੀ ਫਲੂਐਂਸੀ ਨਾਲ ਤੁਹਾਡੀ ਸਕੋਰ ਘਟਣਗੇ ਐਂਡ ਇੱਕ ਚੀਜ਼ ਹੋਰ ਫਲੂਐਂਸੀ ਕਦੇ ਵੀ ਸਪੀਡ ਨਹੀਂ ਹੁੰਦੀ ਓਕੇ ਜੇ ਤੁਸੀਂ ਬਹੁਤ ਜ਼ਿਆਦਾ ਸਪੀਡ ਨਾਲ ਬੋਲ ਰਹੇ ਹੋ ਤਾਂ ਤੁਸੀਂ ਜ਼ਿਆਦਾ ਸਟੱਕ ਹੋਵੋਗੇ ਓਕੇ ਤਾਂ ਹਰੇਕ ਬੰਦੇ ਦਾ ਆਪਣਾ ਆਪਣਾ ਨੈਚੁਰਲ ਵੇ ਆ ਕੋਈ ਸਟੂਡੈਂਟਸ ਦੀ ਨੈਚੁਰਲ ਸਪੀਡ ਹੈਗੀ ਆ ਕੋਈ ਸਟੂਡੈਂਟ ਦੀ ਨੈਚੁਰਲ ਨਹੀਂ ਹੈਗੀ ਗੀ ਜੇ ਤੁਹਾਨੂੰ ਲੱਗ ਰਿਹਾ ਹੈਗਾ ਕਿ ਕੋਈ ਸਟੂਡੈਂਟ ਦੀ ਕਲੈਰਿਟੀ ਨਹੀਂ ਹੁੰਦੀ ਜੇ ਤੁਹਾਡੇ ਵਰਡ ਦੇ ਵਿੱਚ ਕਲੈਰਿਟੀ ਨਾ ਟਰਾਈ ਕਰੋ ਕਿ ਵਰਡਸ ਨੂੰ ਥੋੜ੍ਹਾ ਜਿਹਾ ਪ੍ਰੈਸ ਕਰਕੇ ਬੋਲੋ ਲਾਈਕ ਕੁਛ ਸਟੂਡੈਂਟਸ ਕੀ ਕਰਦੇ ਆ ਦ ਗ੍ਰਿਡ ਬੇਸ ਜੇ ਉਹਨੂੰ ਲੱਗਦਾ ਕਿ ਇਨਫਰਾਸਟ੍ਰਕਚਰ ਵਰਡ ਉਹਨੂੰ ਤਾਂ ਕਲੀਅਰ ਨਹੀਂ ਦ ਗ੍ਰਿਡ ਬੇਸ ਲੇਬਲ ਹਾਰ ਸਕੇਲ ਤਾਂ ਉਹਦੇ ਵਿੱਚ ਕੀ ਉਹਨੂੰ ਥੋੜ੍ਹਾ ਜਿਹਾ ਡਾਊਨ ਕਰਤਾ ਉਹਨੂੰ ਖਾ ਗਏ ਵਰਡ ਨੂੰ ਤਾਂ ਉਹਦੇ ਵਿੱਚ ਤੁਸੀਂ ਕੀ ਆ ਵਰਡਸ ਨੂੰ ਪ੍ਰੈਸ ਲਾਈਕ ਦ ਗ੍ਰਿਡ ਬੇਸਡ ਇਨਫਰਾਸਟ੍ਰਕਚਰ ਅਨੇਬਲ ਲਾਰਜ ਸਕੇਲ ਸਾਇੰਟੀਫਿਕ ਐਪਲੀਕੇਸ਼ਨ ਟੂ ਬੀ ਰਨ ਔਨ ਡਿਸਟ੍ਰੀਬਿਊਟਡ ਰਿਸੋਰਸਿਸ ਹਾਊਏਵਰ ਇਨ ਪ੍ਰੈਕਟਿਸ ਗ੍ਰਿਡ ਰਿਸੋਰਸਿਸ ਆਰ ਨਾਟ ਵੈਰੀ ਈਜ਼ੀ ਟੂ ਯੂਜ਼ ਫੋਰ ਐਂਡ ਯੂਜ਼ਰਸ ਹੂ ਹੈਵ ਟੂ ਲਰਨ ਹਾਊ ਟੂ ਜਨਰੇਟ ਸਿਕਿਉਰਿਟੀ ਕ੍ਰੈਡੈਂਸ਼ੀਅਲ ਦੇਰ ਇਜ਼ ਐਨ ਐਮੀਨੈਂਟ ਨੀਡ ਟੂ ਪ੍ਰੋਵਾਈਡ ਟ੍ਰਾਂਸਪੇਰੈਂਟ ਐਕਸੈਸ ਟੂ ਦੋਜ਼ ਰਿਸੋਰਸਿਸ ਸੋ ਦੈਟ ਦ ਐਂਡ ਯੂਜ਼ਰਸ ਆਰ ਸ਼ੀਲਡਡ ਫਰੋਮ ਦੈਰ ਕੰਪਲੀਕੇਟਡ ਡਿਟੇਲਸ ਇਹਦੇ ਨਾਲ ਕੀ ਹੋਊਗਾ ਤੂੰ ਵਰਡਸ ਨੂੰ ਤੁਸੀਂ ਪ੍ਰੈਸ ਕਰ ਰਹੇ ਹੋ ਤਾਂ ਤੁਹਾਡਾ ਫਲੋ ਐਕੋਰੇਟ ਰਹੂਗਾ ਓਕੇ ਜੇ ਤੁਸੀਂ ਵਰਡਸ ਨੂੰ ਮਤਲਬ ਉੱਪਰ ਉੱਪਰ ਛੱਡਦੇ ਹੋ ਤਾਂ ਉਹਦੇ ਨਾਲ ਤੁਹਾਡੇ ਫਲੋ ਤਾਂ ਮਤਲਬ ਕਿ ਕਿਤੇ ਨਾ ਕਿਤੇ ਹੋ ਜਾਂਦਾ ਫਿਰ ਤੁਹਾਡੀ ਕੰਟੈਂਟ ਅਤੇ ਪ੍ਰੋਨਾਂਸੀਏਸ਼ਨ 'ਚ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਨਾ ਅਤੇ ਇੱਕ ਇੱਕ ਵਰਡ ਨੂੰ ਵਧੀਆ ਤਰੀਕੇ ਨਾਲ ਰੀਡ ਕਰੋ ਜੇ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਕਈ ਵਾਰ ਹੁੰਦਾ ਨੈਚੁਰਲੀ ਹੋ ਜਾਂਦਾ ਦੋ ਲਾਈਨਸ ਅਸੀਂ ਰੀਡ ਕੀਤੀਆਂ ਥਰਡ ਸੈਂਟੈਂਸ ਅਸੀਂ ਸਟਾਰਟ ਕੀਤਾ ਅਸੀਂ ਸਟੱਕ ਹੋ ਗਏ ਤਾਂ ਪਲੀਜ਼ ਇਮੀਡੀਏਟਲੀ ਤੁਸੀਂ ਕੀ ਕਰਨਾ ਨੈਕਸਟ ਕਰ ਦੇਣਾ ਉਹ ਲਾਈਨ 'ਤੇ ਤੁਸੀਂ ਇੱਕ ਵਾਰੀ ਸਟੱਕ ਹੋ ਗਏ ਤੁਸੀਂ ਵਾਰ ਵਾਰ ਸਟੱਕ ਹੋਵੋਗੇ ਜੇ ਤੁਸੀਂ ਇਮੀਡੀਏਟਲੀ ਨੈਕਸਟ ਕਰ ਦੋਗੇ ਤੁਸੀਂ ਉਹਦੇ ਵਿੱਚ ਆਪਣੀ ਫਲੂਐਂਸੀ ਨੂੰ ਬਚਾ ਲਓਗੇ ਓਕੇ ਸੋ ਲੈਟਸ ਡੂ ਨੈਕਸਟ ਵਨ ਸੋਸ਼ਲ ਮੀਡੀਆ ਪਲੇਇੰਗ ਐਨ ਇਨਕਰੀਜ਼ਿੰਗਲੀ ਇੰਪੋਰਟੈਂਟ ਰੋਲ ਐਜ਼ ਇਨਫੋਰਮੇਸ਼ਨ ਸੋਰਸਿਸ ਫੋਰ ਟ੍ਰੈਵਲਰਸ ਦ ਗੋਲ ਆਫ ਦਿਸ ਸਟੱਡੀ ਇਜ਼ ਟੂ ਇਨਵੈਸਟੀਗੇਟ ਦ ਐਕਸਟੈਂਟ ਟੂ ਵਿਚ ਸੋਸ਼ਲ ਮੀਡੀਆ ਅਪੀਅਰ ਇਨ ਸਰਚ ਇੰਜਨਸ ਰਿਜ਼ਲਟ ਇਨ ਦ ਕੰਟੈਕਸਟ ਆਫ ਟ੍ਰੈਵਲੇਟਰ ਸਰਚਸ ਇਟ ਆਲਸੋ ਪ੍ਰੋਵਾਈਡਸ ਐਵੀਡੈਂਸ ਫੋਰ ਚੈਲੇਂਜਸ ਫੇਸਡ ਬਾਈ ਟ੍ਰੈਡੀਸ਼ਨਲ ਪ੍ਰੋਵਾਈਡਰਸ ਆਫ ਟ੍ਰੈਵਲ ਰਿਲੇਟਡ ਇਨਫੋਰਮੇਸ਼ਨ Long isolated from Western Europe, Russia grew up without participating in the development like the Reformation that many Russians taking pride in their unique culture find deepest value. Russia is as a result the most unusual member of European family. If indeed it is European at all, the question is still open to debate, particularly among Russians themselves. Okay, meri halki ji fluency kharab hui si last wali line te, but confidence apna down na hon deo, continuously rakho. Electronic discourse is one form of interactive electronic communication. In this study, we reserve the term for the two-directional text in which one person using a keyboard writes language that appears on sender's monitor and is transmitted to the monitor of the recipient who responds by keyboard. Students ki karde hai read karde hai read aloud jado read karde rush karde hai oh last word padhya ne hunda next word te chal jande hai ਉਹਦੇ ਨਾਲ ਓਵਰਆਲ ਉਹਨੂੰ ਨਾ ਕੰਪਲੀਕੇਟ ਜੇ ਕਰ ਦਿੰਦੇ ਆ ਟਾਸਕ ਨੂੰ ਹੈ ਨਾ ਤਾਂ ਤੁਸੀਂ ਪਲੀਜ਼ ਉਹਨੂੰ ਰਿਲੈਕਸ ਰਹੋ ਤੁਸੀਂ ਜਸਟ ਵਰਡਸ ਨੂੰ ਰੀਡ ਕਰਨਾ ਆ ਅਤੇ ਇੱਕ ਲਾਈਟਲੀ ਰੀਡ ਕਰਨਾ ਆ ਬਹੁਤ ਜ਼ਿਆਦਾ ਸਪੀਡ ਨਾਲ ਰੀਡ ਨਹੀਂ ਕਰਨਾ ਤੁਹਾਡਾ ਨੈਚੁਰਲ ਜੋ ਵੀ ਤੁਹਾਡਾ ਨੈਚੁਰਲ ਲੈਵਲ ਹੈਗਾ ਜਾਂ ਜੋ ਵੀ ਤੁਹਾਡਾ ਨੈਚੁਰਲ ਵੇ ਹੈਗਾ ਆ ਅਤੇ ਜੇ ਤੁਹਾਨੂੰ ਫਿਰ ਵੀ ਆਈਡੀਆ ਨਹੀਂ ਹੋ ਰਿਹਾ ਤੁਹਾਡੇ ਰੀਡ ਲੋਡ ਨਹੀਂ ਇੰਪਰੂਵ ਹੋ ਰਹੇ ਤਾਂ ਤੁਸੀਂ ਸਾਨੂੰ ਕੰਟੈਕਟ ਕਰ ਸਕਦੇ ਹੋ ਅਸੀਂ ਡੈਫੀਨੇਟਲੀ ਤੁਹਾਡੀ ਹੈਲਪ ਕਰਾਂਗੇ ਥੈਂਕ ਯੂ